रहीम अस्सलाम वालेकुम, क्या हाल है सबका। उम्मीद करती हूँ सब खैरियत से होंगे। अल्हम्दुलिल्लाह मैं भी खैरियत से हूँ। हाँ जी जी, तो आज आप लोगों को हम करके दिखाएंगे गंदम की कटाई, यानी गंदम की कटाई शुरू हो गई है, पक गई है अच्छे तरीके से। ये देख सकते हैं आप लोग, दाना इसके अंदर अच्छी तरीके से पक गया है। तो ये जो है काटनी तो रैपर से थी, लेकिन जो है रैपर वाला अभी आया नहीं, एक घंटे तक आएगा। तो तब तक जो है हमारी जो दात्री है वो जिंदाबाद है जी, हम इसके साथ हम इसको काटेंगे। और जी आंधी तूफान आए हैं बहुत काफ़ी ज़्यादा, उसकी वजह से ये काफ़ी ज़्यादा गिर भी गई है। ये आप लोग इधर भी देख सकते हैं, गिरी पड़ी है। और गिरी जो है ये तो इसके साथ ही काटी जाएगी, तो इसलिए पहले हम ये काटते हैं और जो है अब दिखाते हैं आप लोगों के साथ साथ। चुप कर जाओ, हाँ जी जी। तो ये जो है गंदम जो है ना हमारी, ये डेली बेस पे हम लोग यूज करते हैं इसको, यानी खाना वगैरह पकाने में, खाना वगैरह पकाने से सीधी और कितनी। ये जी आज जब मैंने आप लोगों को पहले भी बताया, आंधी तूफान आए हैं काफ़ी ज़्यादा, उसकी वजह से यानी सारी गिर गई है, ये वजह वाली जो गिरी गिरी पड़ गई। तो बाकी जो है धूप ज़्यादा, जो काफ़ी दिनों से धूप ज़्यादा लगी है, इसी वजह से ये जल्दी पक गई है। उस दिन आप लोगों ने मैंने ब्लॉग बनाया था तब ये इसकी कटाई शुरू हो गई थी। तो ये जो है अब हमने लिया हुआ है, सुबह से यहाँ पर आए हुए हैं काटने के लिए, ली हुई है गंदम। हाँ जी जी, तो कणक जी काफ़ी ज़्यादा वढ़ ली है, सुबह तो लगे हुए हैं, तो गर्मी भी बहुत ज़्यादा वा, तो जोड़ा वा पसीना बहुत ज़्यादा आंदा पाया वा, तो इस जो वा हूँ देखते हैं कि जो पानी वगैरह ट्यूबवैल वगैरह या खाले वगैरह चलते हैं तो उत्थे जाने तो मूँह वगैरह धो पाएंगे। बाकी काम जो फिर आगे वापस करेंगे, दात्री आप अपने नाल ही ले जाने कोई चैक ना लवे।
ਇੱਧਰ ਅਸੀਂ ਬਾਹਰ ਨੂੰ ਨਿਕਲਿਆ ਥੋੜ੍ਹਾ ਜਿਹਾ, ਯਾਨੀ ਕਣਕ ਵੱਢਦੇ ਵੱਢਦੇ ਥੋੜ੍ਹਾ ਜਿਹਾ ਬਾਹਰ ਨੂੰ ਆਏ ਤੇ ਇੱਧਰ ਟਰਪੈਨ ਚੱਲਦੀ ਪਈ ਸੀਗੀ ਪਾਣੀ ਵਾਲੀ। ਜੀ ਮੂੰਹ ਧੋ ਲਿਆ ਆਪਾਂ, ਹੁਣ ਆਪਾਂ ਵਾਪਸ ਆਉਣ ਤੇ ਮੂੰਹ ਹੱਥ ਵੀ ਧੋ ਜਾਂਦਾ, ਤੇ ਮੈਂ ਕਿਹਾ ਜੀ ਹੁਣ ਥੋੜ੍ਹਾ ਜਿਹਾ ਪੁੱਠੇ ਕੰਮ ਕਰ ਲਏ ਜਾਣ। ਤੇ ਪਹਿਲਾਂ ਤਾਂ ਮੈਂ ਕੋਈ ਹੋਰ ਕੰਮ ਕਰਨ ਲੱਗੀ ਸੀ, ਮੰਮਾ ਕਹਿੰਦੀ ਉਹ ਨਾ ਕਰ ਤੇ ਤੂੰ ਟਾਹਲੀ ਤੇ ਚੜ੍ਹ ਕੇ ਦਿਖਾ, ਕਿਉਂਕਿ ਮੈਂ ਪਹਿਲੀ ਦਫ਼ਾ ਚੜ੍ਹਨ ਲੱਗੀ, ਮੈਨੂੰ ਡਰ ਵੀ ਲੱਗਦਾ ਪਿਆ, ਲੇਕਿਨ ਚੜ੍ਹਾਂਗੇ, ਪੁੱਠੇ ਕੰਮ ਕਰਨਾ ਯਾਰ। शाबाश 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 डर लग मैं नहीं जाना, अगे मैं डर लगी जा देखो फिर भी मैं कोशिश की, मैं इन्ना चढ़ के उपर आ गई हाँ। शुक्र अलहमदी लाला पाक ने ना मैं सही सलामत थले लाला ने, तो मैं डिग जाना सी। ਹਾਂਜੀ ਜੀ, ਅਤੇ ਮਸਤੀਆਂ ਮੁਸਤੀਆਂ ਕਰਕੇ ਪਾਣੀ 'ਚ ਵੀ ਅਤੇ ਸ਼ਰਾਰਤਾਂ ਸ਼ਰੂਰਤਾਂ ਕਰਕੇ ਅਤੇ ਹੁਣ ਅਸੀਂ ਵਾਪਸ ਆ ਗਏ ਹਾਂ। ਅਤੇ ਜੀ ਹੁਣ ਆਪਾਂ ਜਿਹੜਾ ਕਣਕ ਵਗੈਰਾ ਨਹੀਂ ਵੱਢਾਂਗੇ ਅਤੇ ਉੱਧਰ ਦੇਖ ਸਕਦੇ ਤੁਸੀਂ ਕਿ ਰੈਪਰ ਚੱਲਣਾ ਸ਼ੁਰੂ ਹੋ ਗਿਆ, ਉਹ ਤੁਹਾਨੂੰ ਨਜ਼ਦੀਕੋਂ ਜਾ ਕੇ ਦਿਖਾ ਦਿੰਦੇ ਹਾਂ। ਠੀਕ ਹੋ ਗਿਆ, ਆਹ ਜਿਹੜੀ ਸਾਡੀ ਜਿਹੜੀ ਕਣਕ ਆ ਯਾਨੀ ਜੋ ਅਸੀਂ ਲਈ ਹੋਈ ਆ ਉਹ ਇੰਨੀ ਕੁ ਰਹਿ ਗਈ ਆ, ਠੀਕ ਆ, ਉਹ ਬਾਕੀ ਅਸੀਂ ਕੱਲ੍ਹ ਨੂੰ ਵੱਢਾਂਗੇ ਇਨਸ਼ਾਅੱਲਾ ਤੁਹਾਡੀਆਂ ਦੁਆਵਾਂ ਨਾਲ। ਅਤੇ ਹੁਣ ਜਿਹੜਾ ਵਾ ਹੁਣ ਇਫਤਾਰੀ ਦਾ ਵੀ ਟਾਈਮ ਹੋਈ ਜਾਂਦਾ, ਉੱਪਰੋਂ ਅਸਰ ਦੀ ਅਜ਼ਾਨ ਵੀ ਹੋ ਗਈ ਆ, ਅਤੇ ਹੁਣ ਘਰ ਚੱਲਦੇ ਹਾਂ, ਅਸਰ ਦੀ ਨਮਾਜ਼ ਪੜ੍ਹਦੇ ਹਾਂ, ਨਾਲੇ ਇਫਤਾਰੀ ਦੀ ਤਿਆਰੀ ਕਰਦੇ ਹਾਂ। ਅਤੇ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ। ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਸਬਸਕ੍ਰਾਈਬ ਕਰੋ, ਅੱਛੇ ਅੱਛੇ ਵਿਊਜ਼ ਦਿਓ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਅਤੇ ਇੱਦਾਂ ਹੀ ਤੁਹਾਨੂੰ ਤੁਹਾਡੇ ਵਾਸਤੇ ਮਜ਼ੇ ਮਜ਼ੇ ਚਟਪਟੇ ਵਲੌਗ ਲੈ ਕੇ ਆਉਂਦੇ ਰਹਾਂਗੇ। ਸਭ ਨੇ ਦੁਆਵਾਂ 'ਚ ਯਾਦ ਰੱਖਣਾ। ਠੀਕ ਹੋ ਗਿਆ, ਅਤੇ ਜਿਹੜਾ ਆਹ ਬਾਕੀ ਜਿਹੜੀਆਂ ਰਹਿ ਗਈਆਂ ਇਹਦੀਆਂ ਭਰੀਆਂ ਵੀ ਸੁਬਾਹ ਆ ਕੇ ਬੰਨਾਂਗੇ। ਠੀਕ ਹੋ ਗਿਆ, ਕਿਉਂਕਿ ਹਾਲੇ ਜਿਹੜੇ ਸੱਬਲ ਆ ਉਹ ਤੁਹਾਨੂੰ ਅੱਗੇ ਪਾਣੀ 'ਚ ਦਿਖਾਏਗਾ, ਉੱਥੇ ਪਾਣੀ 'ਚ ਪਏ ਆ, ਅਤੇ ਹਾਲੇ ਤੱਕ ਜਿਹੜੀ ਉਹ ਤਿਆਰ ਨਹੀਂ ਹੈਗੇ ਪੂਰੇ ਤਰੀਕੇ ਨਾਲ। ਅਤੇ ਹੁਣ ਜਿਹੜਾ ਵਾ ਆਪਾਂ ਚੱਲਦੇ ਹਾਂ ਘਰ ਨੂੰ, ਅਤੇ ਤੁਹਾਨੂੰ ਵੀ ਅੱਲਾ ਹਾਫਿਜ਼ ਕਰਦੇ ਹਾਂ, ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ। ਉਦੋਂ ਤੱਕ ਤੁਸੀਂ ਆਪਣੇ ਆਪ ਦਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਇਨਸ਼ਾਅੱਲਾ ਕੱਲ੍ਹ ਤੁਹਾਡੇ ਵਾਸਤੇ ਮਜ਼ੇ ਦਾ ਚਟਪਟਾ ਵਲੌਗ ਲੈ ਕੇ ਆਵਾਂਗੇ। ਅੱਲਾ ਹਾਫਿਜ਼। ਹੋ ਗਏ, ਨਜ਼ਦੀਕ ਆ ਗਏ ਹਾਂ, ਆਹ ਤੁਸੀਂ ਦੇਖ ਸਕਦੇ ਹਾਂ। ਆਹ ਦੇਖੋ ਜੀ, ਇਹ ਫਸ ਗਈ ਆ ਇਹਦੇ ਵਿੱਚ ਕਾਫੀ ਜ਼ਿਆਦਾ, ਯਾਨੀ ਆਹ ਦੇਖੋ ਨਾ ਗੰਦਮ ਕੱਢ ਕੱਢ ਸੁੱਟੀ ਜਾਂਦੇ। ਆਹ ਦੇਖੋ ਜੀ, ਜਿਹੜੀ ਡਿੱਗੀ ਸੀ ਉਹ ਇਹਦੇ ਅੰਦਰ ਫਸੀ ਸੀਗੀ, ਉਹਨਾਂ ਨੇ ਕੱਢ ਲਈ ਆ।